ਪੰਜਾਬ ਲੋਕ ਸਭਾ ਚੋਣਾਂ ਨੇੜੇ ਆਉਂਦੇ ਹੀ ਇੱਕ ਵਾਰ ਫਿਰ ਵੋਟਰਾਂ ਨੂੰ ਰੁਝਾਨ ਦੇਣ ਲਈ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਨੇ। ਇਸ ਕੜੀ 'ਚ ਲੰਬੇ ਸਮੇਂ ਤੋਂ ਆਪਣੇ ਹਾਲਾਤਾਂ ਤੇ ਅੰਜੂ ਬਹਾਰੇ ਲੁਧਿਆਣਾ ਦੇ ਵਾਰਡ ਨੰਬਰ 30 ਦੇ ਅਧੀਨ ਆਉਂਦੀ ਟੰਡਾਰੀ ਦੀ ਦੋ ਫਿਰਨੀ ਅਤੇ ਸੜਕ ਨੂੰ ਪੱਕਾ ਬਣਾਉਣ ਦੇ ਕੰਮ ਦਾ ਉਦਘਾਟਨ MP ਰਵਨੀਤ ਸਿੰਘ ਬਿੱਟੂ, ਮੇਅਰ ਬਲਕਾਰ ਸਿੰਘ ਸੰਧੂ ਅਤੇ ਇਲਾਕਾ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਸੰਯੁਕਤ ਰੂਪ ਨਾਲ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਤੇ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਕਈ ਸਾਲਾਂ ਤੋਂ ਇਲਾਕੇ ਦੇ ਲੋਕ ਇਹਨਾਂ ਸੜਕਾਂ ਦੀ ਖਸਤਾ ਹਾਲਤ ਤੋਂ ਪਰੇਸ਼ਾਨ ਸਨ, ਜਿਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਰਵਨੀਤ ਸਿੰਘ ਬਿੱਟੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਨੇ ਲਗਭਗ 3 ਕਰੋੜ ਦੀ ਲਾਗਤ ਦੇ ਨਾਲ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਤੇ ਰਵਨੀਤ ਸਿੰਘ ਬਿੱਟੂ ਅਤੇ ਮੇਅਰ ਬਲਕਾਰ ਸਿੰਘ ਸੰਧੂ ਨੇ ਵਿਸ਼ਵਾਸ ਦਿਲਾਇਆ ਕਿ ਮਾਰਚ ਅਪ੍ਰੈਲ ਤੱਕ ਸਾਰਾ ਕੰਮ ਪੂਰਾ ਕਰ ਦਿੱਤਾ ਜਾਵੇਗਾ। ਪ੍ਰੋਜੈਕਟ ਲੈ ਕੇ ਆਏ, ਅਸੀਂ ਅਕਾਲੀਆਂ ਦੇ ਨਾਲ ਵੀ ਰਹੇ, ਅਸੀਂ ਉਦੋਂ ਪਹਿਲਾਂ ਕਾਂਗਰਸ ਦੀ ਵੀ ਕਿਤੇ ਨਾ ਕਿਤੇ ਨਾਲ ਰਹੇ, ਉਦੋਂ ਬਾਅਦ ਕਿਸੇ ਹੋਰ ਪਾਰਟੀਆਂ 'ਚ ਵੀ ਰਹੇ, ਪਰ ਇਲਾਕੇ ਦੀ ਡਿਵੈਲਪਮੈਂਟ ਬਾਰੇ ਕਦੇ ਸੋਚਿਆ? ਜਿਹੜੇ ਅਸੀਂ ਨੀਂਹ ਪੱਥਰ ਧਰ ਕੇ ਗਏ ਹਾਂ, ਚਾਹੇ ਉਹਨੂੰ 2 ਮਹੀਨੇ ਪਹਿਲਾਂ ਚਾਹੇ 3 ਮਹੀਨੇ ਪਹਿਲਾਂ, ਸਾਰੇ ਕੰਮ, ਕਿਉਂਕਿ ਸਾਡੀ ਕਾਰਪੋਰੇਸ਼ਨ ਬਣੀ ਨੂੰ 1 ਮਹੀਨੇ 6 ਹੋਏ ਆ, ਕੋਈ ਵੀ ਕੰਮ ਆ ਜਿਹੜਾ ਉਹ ਅਧੂਰਾ ਨਹੀਂ ਰਹੂਗਾ। ਸਾਊਥ ਹਲਕੇ 'ਚ ਅੱਜ ਖੜ੍ਹੇ ਹਾਂ, ਮੈਂ ਵਿਸ਼ਵਾਸ ਦਿਵਾਉਂਦਾ, ਪਰ ਇਹ ਨਹੀਂ ਓਪੋਜੀਸ਼ਨ ਪਾਰਟੀਆਂ 'ਚ ਉਹਨਾਂ ਦਾ ਕੰਮ ਆ ਕਹਿਣਾ, ਕਹਿੰਦੇ ਰਹਿਣ, ਪਰ ਗੱਲ ਜਿਹੜੀ ਸਾਫ ਦੀ ਕਹਿਣ, ਨਾਲ ਡਿਵੈਲਪਮੈਂਟ ਦੇ ਕੰਮ 'ਚ ਨਾਲ ਆਉਣ, ਇਹ ਦੱਸਣ ਵੀ ਮੇਅਰ ਸਾਹਿਬ ਮੇਰੇ ਏਰੀਏ 'ਚ ਆਹ ਕੰਮ ਆ, ਆਹ ਗਲੀ ਆ, ਆਹ ਸੀਵਰੇਜ ਪੈਣ ਵਾਲਾ, ਆਓ ਆਪਾਂ ਇਹ ਕੰਮ ਅੱਗੇ ਹੋ ਕੇ ਵੱਧ ਕੇ ਕਰੀਏ ਤਾਂ ਚੰਗਾ ਲੱਗਦਾ। ਪਹਿਲਾਂ ਤਾਂ ਸਰਕਾਰ ਜਿਹੜੀ ਸਾਡੀ ਤਾਂ ਬਣੀ ਆ, ਸਰਕਾਰ ਨੂੰ 2 ਸਾਲ ਹੋਏ ਆ, ਅਤੇ ਕਾਰਪੋਰੇਸ਼ਨ ਜਿਹੜੀ ਕਾਂਗਰਸ ਪਾਰਟੀ ਦੀ ਬਣੀ ਆ, ਉਹ 6 ਮਹੀਨੇ ਦੀ ਸਾਡੇ ਕੋਲ ਆਈ ਆ। 6 ਮਹੀਨੇ ਦੇ ਵਿੱਚ ਅਸੀਂ ਸਾਰੇ ਪ੍ਰੋਜੈਕਟ ਤਿਆਰ ਕਰ ਰਹੇ ਹਾਂ, 6 ਮਹੀਨੇ ਦਾ ਅਸੀਂ ਸਭ ਜਿਹੜਾ ਪਾਈਪਲਾਈਨ 'ਚ ਕੰਮ ਸ਼ੁਰੂ ਕੀਤਾ ਹੋਇਆ, ਅਸੀਂ ਤਾਂ ਕਾਰਪੋਰੇਸ਼ਨ ਤਾਂ ਹੋਣਾ ਹੀ ਨਾ ਸਾਡੇ ਕੋਲ, ਅਤੇ ਸਾਡੀ ਜਵਾਬਦੇਹੀ ਵੀ ਹਜੇ 5 ਸਾਲ ਆ, ਇਲੈਕਸ਼ਨ ਪਾਰਲੀਮੈਂਟ ਦੀ ਆ ਗਈ, ਹਜੇ ਵਿਧਾਨ ਸਭਾ ਦੀ ਤਾਂ ਨਹੀਂ ਆਈ, ਹਜੇ ਕਾਰਪੋਰੇਸ਼ਨ 'ਤੇ ਤਾਂ ਪੂਰੇ 5 ਸਾਲ ਪਏ ਆ, ਇਹ ਜਵਾਬ ਉਦੋਂ ਦੇਵਾਂਗੇ। ਜਿਹੜਾ MP ਦਾ ਕੰਮ ਆ ਉਹ ਗਲੀਆਂ ਨਾਲੀਆਂ ਦੇ ਨਾਲ ਨਹੀਂ ਜੁੜਿਆ ਹੁੰਦਾ, ਪਰ ਮੈਂ ਇੱਕ MP ਹੋਣ ਨਾਤੇ, ਕਿਉਂਕਿ ਮੇਅਰ ਨੇ ਮੇਰੇ ਨਾਲ ਨੇ, ਕੌਂਸਲਰ ਸਮਾਨ ਮੇਰੇ ਨਾਲ ਨੇ, ਇਹਨਾਂ ਤੋਂ ਕੰਮ ਕਰਵਾਉਣਾ ਮੇਰਾ ਕੰਮ ਆ, ਅਤੇ ਉਹ 6 ਮਹੀਨੇ ਹੋਰ 'ਚ ਜਿਹੜੀ ਆ ਸਾਊਥ ਦੀ ਤੁਸੀਂ ਦੇਖੋਗੇ ਕਿਸ ਤਰੀਕੇ ਨਾਲ ਨਿਹਾਰ ਬਦਲੂਗੀ, ਅਤੇ ਦੱਸਾਂਗੇ ਇਲੈਕਸ਼ਨਾਂ ਦੇ ਵਿੱਚ ਵੀ ਕਿੰਨੇ ਕਿੰਨੇ ਕਰੋੜ ਰੁਪਈਆ ਜਿਹੜਾ ਕਦੇ ਕਿਸੇ ਨੇ ਉਰੇ ਦੇਖਿਆ ਨਹੀਂ ਸੀ, ਝਾਕਿਆ ਨਹੀਂ ਸੀ ਇਸ ਇਲਾਕੇ ਵੱਲ, ਅੱਜ ਅਸੀਂ ਕਿੰਨੇ ਕਰੋੜ ਰੁਪਈਆ। ਮੈਂ ਸਭ ਤੋਂ ਪਹਿਲਾਂ ਮੇਅਰ ਸਾਹਿਬ ਅਤੇ ਸਾਰਿਆਂ ਨੂੰ ਇਹ ਬੇਨਤੀ ਕੀਤੀ ਹੋਈ ਆ ਵੀ ਤੁਸੀਂ ਸਾਊਥ ਹਲਕੇ ਦਾ ਜਿਹੜਾ 10 ਸਾਲ ਦਾ 15 ਸਾਲ ਦਾ ਜੋ ਨੁਕਸਾਨ ਹੋਇਆ, ਤੁਸੀਂ ਆਪਣੇ 1 ਸਾਲ ਦੀ ਟਨਿਓਰ ਦੇ ਵਿੱਚ ਇਹਨੂੰ ਬਰਾਬਰ ਹਲਕਿਆਂ ਦੇ ਖੜਾ ਕਰਨਾ ਹੈ। ਉਹ ਅਸੀਂ ਕਿਉਂਕਿ ਆਖਰ ਪ੍ਰੋਜੈਕਟ ਬਣਦੇ ਆ, ਆਖਰ ਐਸਟੀਮੇਟ ਬਣਦੇ ਆ, ਆਖਰ ਟੈਂਡਰ ਖੁੱਲ੍ਹਦੇ ਆ, ਉਹਨੂੰ ਟਾਈਮ ਤਾਂ ਲੱਗਦਾ ਨਾ। MLA ਚਲੇ ਜਾਏ ਆਪਣੀ ਕੰਸਟੀਚੁਐਂਸੀ, CM ਸਾਹਿਬ ਕਦੀ ਨਾ ਨਹੀਂ ਕਰਦੇ, ਇਹ ਨੈਸ਼ਨਲ ਲੀਡਰ ਤਾਂ ਬਣ ਜਾਂਦੇ ਨੇ, ਪੰਜਾਬ ਦੇ ਲੀਡਰ ਬਣ ਜਾਂਦੇ ਜਾ ਕੇ ਆਪਣੇ ਫੇਸਬੁੱਕਾਂ 'ਤੇ ਜਾਂ ਵਟਸਐਪ 'ਤੇ, ਪਰ ਉਹਨਾਂ ਨਾਲ ਲੜਾਈ ਲੈ ਕੇ ਕਦੀ ਆਪਣੇ ਵਾਰਡ ਦੀ, ਆਪਣੇ ਏਰੀਏ ਦੀ ਡਿਵੈਲਪਮੈਂਟ ਆਪਣੀ ਕੰਸਟੀਚੁਐਂਸੀ ਦੀ ਨਹੀਂ ਕਰਾ ਸਕਦੇ ਲੋਕਾਂ ਚੁਣਿਆ, ਤੁਹਾਡੇ ਕੋਲੋਂ ਜਾਂਦੇ ਵੋਟਾਂ ਲੈ ਕੇ ਤੁਹਾਡੇ ਨਾਲ, ਔਰ ਲੜਾਈ CM ਪੁਰਾਣੇ CM ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ, ਇੰਨੇ ਸਨਮਾਨ ਨਾਲ ਉਹਨਾਂ ਨਾਲ ਲਿਆ ਜਾਂਦਾ, ਉਹਨਾਂ ਕੋਲ ਚਲੇ ਜਾਂਦੇ, ਕਦੀ ਨਾ ਹੀ ਨਹੀਂ ਸੀ ਕਿਸੇ MLA ਨੂੰ ਕਰਦੇ, ਹੁਣ ਵਾਲੇ CM ਸਾਹਿਬ ਨਾਲ ਵੀ ਲੜਾਈ, ਲੜਾਈਆਂ ਪਾ ਕੇ ਕਦੀ ਆਪਣੇ ਏਰੀਏ ਦੀ ਡਿਵੈਲਪਮੈਂਟ ਨਹੀਂ ਹੁੰਦੀ। ਹਾਂ, ਹੀਰੋ ਤੁਹਾਡੇ ਬਣ ਜਾਂਦੇ ਆ ਵਟਸਐਪ, ਦੇਖੋ ਜੀ CM ਸਾਹਿਬ ਨਾਲ ਲੜਾਈ ਕਰ ਰਿਹਾ, ਪਰ ਆਪਣੇ ਏਰੀਏ ਨਾਲ ਧੱਕਾ ਕਰ। ਬਿਊਰੋ ਰਿਪੋਰਟ, ਦਾ TV, NRI।